ਇਹ ਹੈ ਜੀ 187 DBW 187। ਇਹਦੇ ਜੀ 15 ਕਿਲੋ DAP ਅਤੇ ਜਿਹਦੇ ਨਾਲ ਬਿਜਾਈ ਕੀਤੀ ਅਤੇ 30 ਕਿਲੋ ਯੂਰੀਆ ਪੈ ਗਿਆ ਦੋ ਵਾਰੀ, 15 ਕੋਰ ਤੋਂ ਪਹਿਲਾਂ ਅਤੇ 15 ਉਸ ਤੋਂ ਬਾਅਦ। ਇਹਨੂੰ ਵੀ ਦੂਜਾ ਪਾਣੀ ਲਾਉਣਾ ਅੱਜ, ਤਕਰੀਬਨ 40 ਦਿਨਾਂ ਤੋਂ ਪਹਿਲਾਂ ਪਾਣੀ ਲਾਤਾ ਸੀ ਅਤੇ ਬੜੀ ਬੁਰੀ ਤਰ੍ਹਾਂ ਪੀਲੀ ਪੈ ਗਈ ਸੀ ਬਾਈ ਜੀ, ਇਹ ਬਹੁਤ ਹੀ ਬੁਰੀ ਤਰ੍ਹਾਂ। ਅਤੇ ਇਹਦੇ 'ਤੇ ਅਸੀਂ 2 ਸਪਰੇ 2.5-2.5 ਇੱਕ ਵਾਲੇ ਕੀਤੇ ਹੈ। ਆਹ ਦੇਖੋ ਲਾਸਟ ਤੱਕ ਇਹ ਜਿਹੜਾ 2.5-2.5 ਇੱਕ ਵਾਲਾ ਫਾਰਮੂਲਾ, ਬੜਾ ਸ਼ਾਨਦਾਰ ਰਿਜ਼ਲਟ ਹੈ ਜੀ ਇਹਦਾ। ਆਹ ਦੇਖੋ ਕੋਈ ਕਮੀ ਨਹੀਂ ਇਹਦੇ 'ਚ, ਬੜਾ ਬੂਝਾ ਮਾਰਿਆ ਇਹਨੇ। ਆਹ ਦੇਖੋ ਅਸੀਂ ਉਹਦੇ 'ਤੇ ਇੱਕ ਵਾਰੀ ਟਰਾਈ ਕੀਤਾ, ਕਿਉਂ ਸਾਡਾ ਤਾਂ ਪਹਿਲੀ ਵਾਰ ਹੀ ਸੀ ਇਹ, ਜੈਵਿਕ ਤਾਂ ਅਸੀਂ ਲਾਉਂਦੇ ਹਾਂ ਪਰ ਸਾਡੇ ਤੋਂ ਆਹ ਰਿਸਪੋਂਸ ਨਹੀਂ ਬਣ ਪਾਉਂਦਾ, ਇੰਨਾ ਸੋਹਣਾ ਰਿਜ਼ਲਟ ਨਹੀਂ ਮਿਲਿਆ ਕਦੇ। ਉਹਦੇ 'ਤੇ ਅਸੀਂ ਆਹ 2.5-2.5 ਇੱਕ ਵਾਲਾ ਫਾਰਮੂਲਾ ਕੀਤਾ ਅਤੇ ਬੜਾ ਉਹਦਾ ਸ਼ਾਨਦਾਰ ਰਿਜ਼ਲਟ ਸੀ। ਉਹਨੂੰ ਦੇਖ ਕੇ ਫਿਰ ਅਸੀਂ ਤਕਰੀਬਨ 40 ਕੁ ਵਿਗਿਆਂ ਦੀ ਖੇਤੀ ਕਰਦੇ ਹਾਂ ਅਤੇ ਸਾਰੇ 'ਤੇ ਇਹ ਫਾਰਮੂਲੇ ਦੀਆਂ 2 ਸਪਰੇਆਂ ਕਰਤੀਆਂ। ਆਹ ਦੇਖੋ ਜੀ 30 ਕਿਲੋ ਯੂਰੀਆ ਅਤੇ 15 ਕਿਲੋ DAP ਅਤੇ ਲਾਸਟ ਹੀ ਹੈ ਜੀ ਬਸ। ਹੁਣ ਇਹਦੇ 'ਤੇ ਕੋਈ ਬਾਈ ਜੀ ਜਿਵੇਂ ਦੱਸਣਗੇ ਉਵੇਂ ਸਪਰੇਆਂ ਹੋਰ ਕਰ ਦਿਆਂਗੇ ਜਾਂ ਇਹ 2.5-2.5 ਇੱਕ ਵਾਲੀਆਂ ਹੋਰ ਕਰ ਦਿਆਂਗੇ। ਬੜਾ ਸ਼ਾਨਦਾਰ ਹੈ ਜੀ, ਆਪਾਂ ਬਾਜ਼ਾਰ ਤੋਂ ਕੋਈ ਕੈਮੀਕਲ ਵਾਲਾ ਲੈ ਕੇ ਆਉਂਦੇ ਹਾਂ ਕੋਈ ਜਾਂ ਕੋਈ ਫਰਟੀਲਾਈਜ਼ਰ ਲੈ ਕੇ ਆਉਂਦੇ ਹਾਂ ਤਾਂ ਉਹ ਜੇਬਾਂ ਪਾੜਨ ਵਾਲਾ ਹੀ ਸਮਾਨ ਹੁੰਦਾ। ਇਹਦੇ 'ਤੇ ਕੁਛ ਵੀ ਨਹੀਂ ਲੱਗਦਾ, ਸਾਰਾ ਸਮਾਨ ਆਪਣੇ ਘਰ ਹੀ ਹੁੰਦਾ, ਬਸ ਚੱਕੋ ਕੋਲੋ ਡਰੰਮ 'ਚ ਅਤੇ ਵਰਤੋ। ਦੇਖੋ ਜੀ ਕਿੰਨਾ ਸ਼ਾਨਦਾਰ ਇਹਦਾ ਰਿਸਪੋਂਸ ਹੈ। ਆਹ ਮੈਂ ਤੁਹਾਨੂੰ ਵਿਖਾਉਣਾ ਇਸ ਤੋਂ ਹਫ਼ਤਾ ਪਹਿਲਾਂ ਦੀ ਬਿਜਾਈ ਹੈ, ਇਹ ਸਾਡੇ ਚਾਚਾ ਜੀ ਕੀ ਹੈ। ਇਹਨੂੰ 3 ਪਾਣੀ ਲੱਗ ਗਏ ਹੈ ਤਕਰੀਬਨ, ਇਹਦੇ ਥੋੜ੍ਹਾ ਜਿਹਾ ਬੀਜ ਵੀ ਜ਼ਿਆਦਾ ਹੈ ਅਤੇ ਇਹਨੂੰ ਮੇਰਾ ਖਿਆਲ 2 ਗੱਟਿਆਂ ਤੋਂ ਪਲੱਸ ਯੂਰੀਆ ਪੈ ਗਈ। DAP ਵੀ ਇਹਨਾਂ ਨੇ ਤਕਰੀਬਨ 25 ਕਿਲੋ ਪਾਈ ਸੀ, ਹੋਰ ਵੀ ਬਹੁਤ ਲੱਲੇ ਭੱਬੇ ਪਾ ਦੇ। ਤਾਂ ਇਹਦੇ ਉੱਤੋਂ ਦੇਖੋ ਤੁਸੀਂ ਆ ਸਾਰੇ ਟੂਸੇ ਪੱਤੇ ਜਿਹੜੇ ਪੀਲੇ ਹੋਏ ਪਏ ਹੈ, ਬੜੇ ਲੱਲੇ ਭੱਬੇ ਬਾਜ਼ਾਰ 'ਚੋਂ ਲਿਆ ਕੇ ਇਹਨਾਂ ਨੇ ਸਿੱਟੇ, ਬਹੁਤ ਮਨ੍ਹਾ ਕਰਨ ਦੇ ਬਾਵਜੂਦ ਵੀ। ਔਰ ਹੁਣ ਇਹ ਦੇਖਦੇ ਆ ਵੀ ਵਾਕਈ, ਆਹ ਦੇਖੋ ਇਹਦੀ ਕੰਡੀਸ਼ਨ ਅਤੇ ਆਹ ਦੇਖੋ ਇਹਦੀ ਕੰਡੀਸ਼ਨ। ਇਹ ਜਿਹੜਾ 2.5-2.5 ਇੱਕ ਵਾਲਾ ਫਾਰਮੂਲਾ ਹੈ ਅਤੇ ਦਹੀਂ ਵਾਲਾ ਬਹੁਤ ਹੀ ਸ਼ਾਨਦਾਰ ਹੈ ਜੀ। ਇਹਦੇ 'ਤੇ ਨਹੀਂ ਖੈਰ ਅਸੀਂ ਕੀਤਾ, ਇਹਦੇ 'ਤੇ ਇਕੱਲੇ 2.5-2.5 ਇੱਕ ਵਾਲੇ ਕੀਤੇ ਪੱਠਿਆਂ 'ਤੇ, ਅਤੇ ਉਹ 2 ਵਿਗੇ ਜਿਹੜੀ ਜੈਵਿਕ ਹੈ ਉਹਦੇ 'ਤੇ ਅਸੀਂ ਦਹੀਂ ਵਾਲਾ ਫਾਰਮੂਲਾ ਯੂਜ ਕੀਤਾ। ਪੱਠਿਆਂ 'ਚ ਅਸੀਂ ਖਾਦ ਨਹੀਂ ਪਾਈ ਐਤਕੀ ਯੂਰੀਆ, ਅੱਗੇ ਪਾ ਦਿੰਦੇ ਸੀ ਕੋਈ 10 ਕੁ ਕਿਲੋ, ਪਰ ਐਤਕੀ ਅਸੀਂ ਕਿਲੋ ਵੀ ਨਹੀਂ ਪਾਈ ਅਤੇ ਕੋਈ ਕਹਿ ਨਹੀਂ ਸਕਦਾ ਵੀ ਨਹੀਂ ਪਾਈ। ਸੋ ਥੈਂਕ ਯੂ।
ਗੁਰਪ੍ਰੀਤ ਜੀ ਡਬਲੀ ਖਾਨਾ, ਬੜੀ ਮਿਹਰਬਾਨੀ।